ਜਿੱਤੇ ਗੌਰ ਕਰਨੀਏ ਹਾਂ ਬਿਲਕੁਲ ਉਹਨਾਂ ਨੇ ਹਮੇਸ਼ਾ ਇੱਕ ਗੱਲ ਮੈਨੂੰ ਸਮਝਾਈ ਜਿਹੜੀ ਕਿ ਪੋਜ਼ਿਟਿਵ ਵੇਵ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਮਿਸਾਲ ਦੇ ਤੌਰ ਤੇ ਅਗਰ ਤੁਸੀਂ ਕਿਸੇ ਹਿੰਦੂ ਵੀਰ ਨੂੰ ਦੇਖੋ ਵੀ ਉਹਨੇ ਟਿੱਕਾ ਲਾਇਆ ਹੋਇਆ ਜਾਂ ਕਿਸੇ ਸਰਦਾਰ ਨੂੰ ਦੇਖੋ ਵੀ ਉਹਨੇ ਦਸਤਾਰ ਸਜਾਈ ਹੋਈ ਹੈ ਕਿਸੇ ਨਿਹੰਗ ਸਿੰਘ ਨੂੰ ਦੇਖੋ ਕਿ ਉਹਨੇ ਬਾਣਾ ਪਾਇਆ ਹੋਇਆ ਔਰ ਕਿਸੇ ਮੁਸਲਮਾਨ ਨੂੰ ਦੇਖੋ ਵੀ ਉਹਨੇ ਦਾੜੀ ਰੱਖੀ ਹੈ ਟੋਪੀ ਰੱਖੀ ਤੇ ਮਰਹੂਮ ਸ਼ਾਹੀ ਇਮਾਮ ਸਾਹਿਬ ਕਹਿੰਦੇ ਸੀ ਯਾਰ ਇਹ ਜਿਹੜੇ ਜਿਹੜੇ ਇਦਾਂ ਦੇ ਲੋਕ ਹੈ ਤੁਸੀਂ ਇਹ ਨਹੀਂ ਸਮਝਣਾ ਵੀ ਉਹ ਕੱਟਰ ਨੇ ਉਹੀ ਚੰਗੇ ਨੇ ਕਿਉਂਕਿ ਉਹ ਧਰਮੀ ਨੇ ਔਰ ਧਰਮ ਉਹਨਾਂ ਨੂੰ ਬੁਰਾਈ ਵੱਲ ਨਹੀਂ ਲੈ ਕੇ ਜਾਂਦਾ ਧਰਮ ਉਹਨਾਂ ਨੂੰ ਕਿਸੇ ਦੇ ਲਈ ਨਫ਼ਰਤ ਨਹੀਂ ਸਿਖਾਏਗਾ ਧਰਮ ਉਹਨਾਂ ਦੇ ਵਿੱਚ ਪਿਆਰ ਮੁਹੱਬਤ ਭਰ ਕੇ ਰੱਖਦਾ ਅੱਜ ਹੋ ਗਿਆ ਬੁੱਠਾ ਸੀ ਲੋਕੀ ਜਿਹੜੇ ਨੈਗੇਟਿਵ ਸੋਚਣ ਲੱਪੇ ਉਹਨਾਂ ਨੂੰ ਜਦ ਕੋਈ ਧਰਮੀ ਬਾਣੇ 'ਚ ਨਜ਼ਰ ਆਂਦਾ ਕੋਈ ਮੁਸਲਮਾਨ Hindu ਜਾਂ ਸੇ ਕੋਈ ਵੀ ਉਹ ਸੋਚਦਾ ਸ਼ਾਇਦ ਇਹ ਕੱਟਰ ਉਹ ਕੱਟਰ ਨਹੀਂ ਜਿਹੜਾ ਬੰਦਾ ਧਰਮੀ ਹੈ ਉਹੀ ਅਸਲੀ ਇਨਸਾਨ ਹੈ ਉਹੀ ਲੋਕਾਂ ਨਾਲ ਪਿਆਰ ਕਰਨ ਵਾਲਾ ਹੈ ਕਟੜ ਬੰਦਾ ਤਾਂ ਨજર ਹੀ ਨਹੀਂ ਆਉਂਦਾ ਉਹਦਾ ਸੇਰ ਨੂੰ ਬੰਦ ਲੱਗਦਾ ਰਾਤ ਨੂੰ ਫੇਸਬੁੱਕ ਤੇ ਕੀ ਕੁਝ ਨੇ ਪਾ ਕੇ ਤੇ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਭੜਕਾਇਆ ਜਿਹੜਾ ਬੰਦਾ ਵੀ ਆਪਣੇ ਧਾਰਮਿਕ ਅਸਾਨ ਦੇ ਨਾਲ ਜੁੜਿਆ ਹੋਵੇ ਜਿਹੜਾ ਬੰਦਾ ਵੀ ਇਬਾਦਤ ਕਰਦਾ ਖੁਦਾ ਦੀ ਉਹਦੇ ਸਾਹਮਣੇ ਉਹਦੇ ਦਿਲ ਦੇ ਵਿੱਚ ਕਦੀ ਵੀ ਕਿਸੇ ਵੀ ਹੋਰ ਧਰਮ ਵਾਲੇ ਨਾਲ ਬੁਰਾਈ